ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਆਹ ਵਾਲੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਆਪਣੇ ਲੀਵਰ ਬਾਰੇ ਹੁਣ ਆਪਣਾ ਲੀਵਰ ਆਪਣੀ ਬਾਡੀ ਦਾ ਸਭ ਤੋਂ ਸਟਰੋਂਗੇਸਟ ਤੇ ਸਭ ਤੋਂ ਮਜ਼ਬੂਤ ਆਰਗਨ ਆ ਇਹਦਾ ਇੱਕ ਨਹੀਂ ਮਲਟੀਪਲ ਫੰਕਸ਼ਨਸ ਹੁੰਦੇ ਨੇ ਹੁਣ ਆਹ ਵਾਲੀ ਵੀਡੀਓ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਵੀ ਆਪਣੇ ਲੀਵਰ ਦਾ ਕੰਮ ਕੀ ਆ ਇਹ ਕਿਵੇਂ ਫੰਕਸ਼ਨ ਕਰਦਾ ਤੇ ਆਪਣੀ ਬਾਡੀ ਵਿੱਚ ਇਹਦਾ ਕੀ ਰੋਲ ਹੁੰਦਾ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਵੀ ਜੇ ਕਿਸੇ ਦਾ ਵੀ ਲੀਵਰ ਡੈਮੇਜਡ ਹੋਵੇ ਤਾਂ ਸਭ ਤੋਂ ਕਾਮਨ ਸਾਈਨਸ ਕਿਹੜੇ ਨੇ ਵੀ ਕਿਵੇਂ ਪਤਾ ਲਗਾ ਸਕਦੇ ਆ ਆਪਣਾ ਲੀਵਰ ਡੈਮੇਜਡ ਆ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਵੀ ਜੇ ਆਪਣਾ ਲੀਵਰ ਡੈਮੇਜਡ ਆ ਆਪਾਂ ਕਿਹੜੇ ਫੂਡਸ ਖਾ ਸਕਦੇ ਆ ਕਿਹੜੀ ਆਪਾਂ ਖਰਾਕ ਲੈ ਸਕਦੇ ਆ ਜਿਹਦੇ ਨਾਲ ਆਪਣਾ ਲੀਵਰ ਫੇਅਰ ਹੈਲਥੀ ਹੋ ਸਕਦਾ ਸਾਰਾ ਕੁਝ ਕਲੀਨ ਹੋ ਸਕਦਾ ਤੇ ਪ੍ਰੋਪਰਲੀ ਫੰਕਸ਼ਨ ਕਰੇ ਇਹ ਸਾਰੀਆਂ ਚੀਜ਼ਾਂ ਆਪਾਂ ਵੀਡੀਓ ਚ ਕਵਰ ਕਰਾਂਗੇ ਜੇ ਤੁਹਾਨੂੰ ਇਦਾਂ ਦਾ ਕੰਟੈਂਟ ਵਧੀਆ ਲੱਗਦਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਹੁਣ ਆਪਾਂ ਆਪਣੀ ਵੀਡੀਓ ਚ ਚੱਲਦੇ ਆਂ ਵੀਡੀਓ ਨੂੰ ਮੈਂ ਸ਼ੁਰੂ ਕਰਦਾ ਇਹ ਚੀਜ਼ ਇਹਨਾਂ ਨੂੰ ਵੀ ਆਪਣੇ ਲੀਵਰ ਦਾ ਰੋਲ ਕੀ ਹੁੰਦਾ ਆਪਣੀ ਬਾਡੀ ਚ ਸੋ ਜ ਬੈਕਟੀਰੀਆਜ਼ ਹੁੰਦੇ ਨੇ ਉਹ ਲੀਵਰ ਦਾ ਕੰਮ ਹੁੰਦਾ ਆਪਣੀ ਬਾਡੀ ਚ ਉਹਨਾਂ ਨੂੰ ਰਿਮੂਵ ਕਰਨਾ ਜਾਂ ਉਹਨਾਂ ਨੂੰ ਡੀਟੌਕਸੀਫਾਈ ਕਰਨਾ ਜਦੋਂ ਉਹ ਟੌਕਸਿਨਸ ਤੇ ਉਹ ਬੈਕਟੀਰੀਆਜ਼ ਆਪਣੀ ਬਾਡੀ ਚ ਨਹੀਂ ਰਿਮੂਵ ਹੁੰਦੇ ਆਪਣੀ ਬਾਡੀ ਜੀ ਉਹ ਲੌਂਗ ਟਰਮ ਰਹਿਣਗੇ ਤੇ ਉਹ ਬੈਕਟੀਰੀਆ ਇੱਕ ਦਿਨ ਇੱਕ ਬਿਮਾਰੀ ਬਣ ਜਾਣੀ ਆ ਤਾਂ ਕਰਕੇ ਆਪਣੇ ਲੀਵਰ ਦਾ ਰੋਲ ਇੰਨਾ ਜ਼ਰੂਰੀ ਹੁੰਦਾ ਆਪਣੀ ਬਾਡੀ ਵਿੱਚ ਤੇ ਉਹ ਆਪਣਾ ਲੀਵਰ ਉਹ ਟੌਕਸਿਨਸ ਜਾਂ ਉਹ ਬੈਕਟੀਰੀਆਜ਼ ਨੂੰ ਬਹੁਤ ਅਲੱਗ-ਅਲੱਗ ਤਰੀਕਿਆਂ ਨਾਲ ਕੱਢ 사ਦਾ ਰਿਮੂਵ ਕਰ ਸਕਦਾ ਆਪਣੀ ਬਾਡੀ ਚ ਫੋਰ ਐਗਜ਼ਾਮਪਲ ਜਾਂ ਉਹ ਸਵੈਟਰਾਂ ਮੂਵ ਕਰ ਸਕਦਾ ਯੂਰਿਨ ਰਾਹੀਂ ਵੀ ਉਹ ਸਾਰਾ ਕੁਝ ਐਕਸਪੈਲ ਹੁੰਦਾ ਆਪਣੀ ਬਾਡੀ ਚ ਸੋ ਅਲੱਗ ਅਲੱਗ ਤਰੀਕੇ ਨੇ ਆਪਣੇ ਲੀਵਰ ਤੇ ਹੁਣ ਜੇ ਅੰਦਾਜ਼ਾ ਲਗਾਈਏ ਆਪਣਾ ਲੀਵਰ ਡੈਮੇਜਡ ਹੋਵੇ ਪਰ ਆਪਾਂ ਨੂੰ ਪਤਾ ਨਹੀਂਗਾ ਤਾਂ ਸਭ ਤੋਂ ਕਾਮਨ ਸਾਈਨਸ ਕਿਹੜੇ ਨੇ ਇੱਕ ਡੈਮੇਜਡ ਲੀਵਰ ਤੇ ਜ਼ਰੂਰੀ ਨਹੀਂਗਾ ਵੀ ਉਹ ਪੂਰਾ ਡੈਮੇਜਡ ਆ ਵੀ ਲੀਵਰ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਿਹਾ ਜਿਵੇਂ ਉਹਨੂੰ ਕਰਨਾ ਚਾਹੀਦਾ ਸਭ ਤੋਂ ਕਾਮਨ ਸਾਈਨ ਇਹ ਇਹ ਆ ਬੈਡ ਬ੍ਰੈਥ ਤੁਹਾਡੇ ਮੂੰਹ ਚੋਂ ਬਹੁਤ ਗੰਦੀ ਸਮੈਲ ਆਉਂਦੀ ਆ ਇਹ ਗੰਦੀ ਸਮੈਲ ਕੁਝ ਖਾਣ ਪੀਣ ਤੋਂ ਬਾਅਦ ਨਹੀਂ ਆਉਂਦੀ ਪਰ ਤੁਸੀਂ ਨੋਟਿਸ ਕੀਤਾ ਜਦੋਂ ਵੀ ਤੁਸੀਂ ਬ੍ਰਸ਼ ਕਰਦੇ ਹੋ ਕੁਝ ਕੁ ਘੰਟੇ ਬਾਅਦ ਨਿਕਲ ਗਏ ਉਦੋਂ ਇਹ ਗੰਦੀ ਸਮੈਲ ਆਉਣ ਲੱਗ ਜਾਂਦੀ ਆ ਆਏ ਸਭ ਤੋਂ ਕਲੀਅਰ ਸਾਈਨ ਆ ਮਤਲਬ ਤੁਹਾਡਾ ਲੀਵਰ ਤੁਹਾਡੇ ਤੋਂ ਹੈਲਪ ਮੰਗ ਰਿਹਾ ਆ ਆਕਸੀਫਾਈ ਹੋਣ ਦੀ ਲੋਡ ਆ ਉਹਨੂੰ ਸੋ ਜੇ ਤੁਹਾਡੇ ਵੀ ਬੈਡ ਬ੍ਰੈਥ ਆ ਤੁਸੀਂ ਨੋਟਿਸ ਕਰਦੇ ਹੋ ਸਾਰਾ ਦਿਨ ਇਦਾਂ ਹੀ ਰਹਿੰਦੀ ਆ ਚਾਹੇ ਤੁਸੀਂ ਬ੍ਰਸ਼ ਕੀਤਾ ਹੋਵੇ ਫਿਰ ਵੀ ਆ ਇਹ ਚੀਜ਼ ਨੂੰ ਇਗਨੋਰ ਨਾ ਕਰੋ ਥੋਡੇ ਲੀਵਰ ਨੂੰ ਥੋਡੀ ਹੈਲਪ ਦੀ ਲੋੜ ਆ। ਇਹ ਤੋਂ ਬਾਅਦ ਹੋਰ ਕਾਮਨ ਸਾਈਨਸ ਜੋ ਹੋ ਸਕਦੇ ਨੇ ਵੀ ਆਪਣਾ ਲੀਵਰ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ ਉਹ ਇਹ ਆ। ਵੀ ਹੈਅਰ लॉस ਜੇ ਤੁਹਾਡੀ ਉਮਰ ਹਜੇ ਇੰਨੀ ਜ਼ਿਆਦਾ ਨਹੀਂ ਹੈ ਕਿ ਤੁਸੀਂ ਯੰਗ ਹੋ ਤੇ ਹੁਣੇ ਹੈਅਰ लॉस ਸ਼ੁਰੂ ਹੋ ਗਏ, ਵਾਲ ਬਹੁਤ ਝੜਨ ਲੱਗ ਗਏ ਤਾਂ ਇਹ ਵੀ ਇੱਕ ਸਾਈਨ ਆ ਵੀ ਲੀਵਰ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਿਹਾ। ਹੋਰ ਸਾਈਨਸ ਇਹ ਨੇ ਵੀ ਆਪਣੀ ਗੱਲਾਂ ਉੱਤੇ ਦਾਗ ਹੋ ਜਾਂਦੇ ਨੇ। ਇਹਨੂੰ ਪਿਗਮੈਂਟੇਸ਼ਨ ਕਹਿ ਦਿੰਦੇ ਨੇ। ਹੋਰ ਸਾਈਨਸ ਵੀ ਆਪਣਾ ਲੀਵਰ ਡੈਮੇਜਡ ਆ ਉਹ ਇਹ ਹੋ ਸਕਦੇ ਨੇ ਵੀ ਜਿਹੜਾ ਤੁਹਾਡਾ ਯੂਰਿਨ ਆ ਉਹ ਡਾਰਕ yellow ਕਲਰ ਦਾ ਹੁੰਦਾ। ਜਾਂ ਤੁਹਾਡੀ ਜਿਹੜੀ ਐਪੀਟਾਈਟ ਆ ਉਹ ਘਟਦੇ ਜਾਂਦੀ ਆ ਮਤਲਬ ਕਿ ਤੁਸੀਂ ਨੋਟਿਸ ਕੀਤਾ ਪਹਿਲਾਂ ਨੂੰ ਤੁਹਾਨੂੰ ਭੁੱਖ ਘੱਟ ਲੱਦੀ ਆ ਤੇ ਇਹ ਸਭ ਤੋਂ ਕਾਮਨ ਸਾਈਨਸ ਨੇ ਵੀ ਲੀਵਰ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਿਹਾ ਜਿਵੇਂ ਉਹਨੂੰ ਕਰਨਾ ਚਾਹੀਦਾ ਤਾਂ ਕਰਕੇ ਇਹ ਚੀਜ਼ਾਂ ਨੂੰ ਇਗਨੋਰ ਨਾ ਕਰਿਆ ਕਰੋ ਤੇ ਹੁਣ ਪਹਿਲਾਂ ਕੀ ਆਪਾਂ ਆਪਣੇ ਫੂਡਸ ਬਾਰੇ ਗੱਲ ਕਰੀ ਆਪਾਂ ਆਪਣੇ ਖਾਣੇ ਬਾਰੇ ਗੱਲ ਕਰੀ ਆ ਨਾ ਜਿਹੜੇ ਆਪਾਂ ਨੂੰ ਲੈਣੇ ਚਾਹੀਦੇ ਆ ਵਧੀਆ ਹੈਲਥੀ ਲੀਵਰ ਰੱਖਣ ਲਈ ਕਲੀਨ ਲੀਵਰ ਰੱਖਣ ਲਈ ਮੈਂ ਪਹਿਲਾਂ ਗੱਲ ਕਰਨਾ ਚਾਹੁੰਦਾ ਵੀ ਆਪਾਂ ਆਪਣੇ ਲੀਵਰ ਨੂੰ ਕਿਵੇਂ ਖਰਾਬ ਕਰ ਲੈਂਦੇ ਆ ਨੰਬਰ 1 ਰੀਜ਼ਨ ਅਲਕੋਹਲ ਹੁਣ ਇੱਥੇ ਚਾਹੇ ਬਹੁਤ سارے ਲੋਕਾਂ ਦਾ ਡਿਫਰੈਂਟ ਓਪੀਨੀਅਨ ਹੁੰਦਾ ਪਰ ਅਲਕੋਹਲ ਕਦੇ ਵੀ ਤੁਹਾਡੇ ਲੀਵਰ ਲਈ ਵਧੀਆ ਨਹੀਂ ਹੋ ਸਕਦੀ ਖਾਸ ਕਰਕੇ ਜੇ ਲੌਂਗ ਰਨ ਤੇ ਦੇਖੀਏ ਤੇ ਜੇ ਤੁਸੀਂ ਇਹ ਲਗਾਤਾਰ ਚੀਜ਼ ਆਪਣੀ ਬਾਡੀ ਚ ਇੰਜੈਸਟ ਕਰਦੇ ਹੋ ਤਾਂ ਇਹ ਨਹੀਂ ਵਧੀਆ ਨਹੀਂ ਹੈਗੀ ਖਾਸ ਕਰਕੇ ਜੇ ਤੁਸੀਂ ਓਵਰ ਐਕਸੈਸਿਵ ਅਲਕੋਹਲ ਪੀਂਦੇ ਹੋ ਬਹੁਤ ਜ਼ਿਆਦਾ ਤਾਂ ਉਹ ਤੁਹਾਡਾ ਲੀਵਰ ਬਹੁਤ ਜ਼ਿਆਦਾ ਡੈਮੇਜ ਕਰੂਗੀ ਤਾਂ ਇਹ ਚੀਜ਼ ਵੱਧ ਤੋਂ ਵੱਧ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਅਵੋਇਡ ਦੀ ਜਗ੍ਹਾ ਜੇ ਤੁਸੀਂ ਇਹ ਚੀਜ਼ ਨੂੰ ਛੱਡ ਹੀ ਸਕਦੇ ਹੋ ਤਾਂ ਸਭ ਨੂੰ ਬੈਸਟ ਚੀਜ਼ ਹੈ ਤੁਹਾਡੇ ਲਈ ਦੂਸਰੇ ਨੰਬਰ ਤੇ ਆਪਾਂ ਬਹੁਤ ਸਾਰਾ ਫਾਸਟ ਫੂਡ ਖਾਂਦੇ ਆ ਜਾਂ ਆਪਾਂ ਬਹੁਤ ਸਾਰੇ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਆ ਹਨਾ ਜਿਹਦੇ ਵਿੱਚ ਬਹੁਤ ਸਾਰਾ ਤੇਲ ਪਾਇਆ ਹੁੰਦਾ ਹੁਣ ਫਾਸਟ ਫੂਡ ਚਲ ਕਈ ਕਹਿਣਗੇ ਵੀ ਬਹੁਤ ਰੈਅਰਲੀ ਖਾਈਦੇ ਨੇ ਪਰ ਬਹੁਤ ਸਾਰੇ ਲੋਕ ਇਹ ਰੈਗੂਲਰਲੀ ਫਾਸਟ ਫੂਡ ਕੰਜ਼ਿਊਮ ਕਰਦੇ ਨੇ ਹਨਾ ਵੀ ਹਫਤੇ ਚ ਮਲਟੀਪਲ ਟਾਈਮਸ ਹੁਣ ਆਏ ਆ ਇਹ ਫਾਸਟ ਫੂਡ ਇਨਾ ਵਧੀਆ ਨਹੀਂ ਹੈਗਾ ਉਹ ਤੇਲ ਵੀ ਨਹੀਂ ਬਦਲਦੇ ਹੈਗੇ ਕਈ ਤਾਂ ਫੂਡ ਮਤਲਬ ਪਿਛਲੇ ਪਿਛਲੇ ਦਿਨ ਦੇ ਹੁੰਦੇ ਨੇ ਉਹੀ ਤੁਹਾਨੂੰ ਦੇ ਦਿੰਦੇ ਨੇ ਤੁਹਾਨੂੰ ਪਤਾ ਨਹੀਂ ਤੁਸੀਂ ਕੀ ਖਾ ਰਹੇ ਹੋ ਖਾਸ ਕਰਕੇ ਜੇ ਤੁਸੀਂ ਬਹੁਤ ਸਾਰੇ ਤਲੇ ਹੋਇਆ ਫੂਡ ਖਾ ਰਹੇ ਹੋ ਉਹ ਲਿਟਰਲੀ ਮਤਲਬ ਜ਼ਹਿਰ ਹੀ ਆ ਤਾਂ ਉਹ ਚੀਜ਼ ਨੂੰ ਜੇ ਤੁਸੀਂ ਘਟਾ ਸਕਦੇ ਹੋ ਕੰਟਰੋਲ ਚ ਲਿਆ ਸਕਦੇ ਹੋ ਤਾਂ ਤੁਹਾਡੇ ਲਈ ਬੈਟਰ ਆ ਹੋਰ ਆਪਾਂ ਕਿਹੜੇ ਕਿਹੜੇ ਤਰੀਕੇ ਨਾਲ ਆਪਣੇ ਲੀਵਰ ਨੂੰ ਡੈਮੇਜ ਕਰ ਲੈਨੇ ਆ। ਹੋਰ ਸਾਈਨਸ ਇਹ ਹੋ ਸਕਦੇ ਨੇ ਵੀ ਤੁਸੀਂ ਬਹੁਤ ਸਾਰਾ ਮਿੱਠਾ ਖਾਣੇ ਹੋ, ਬਾਲਾ ਸਾਰਾ ਮਿੱਠਾ ਹਨਾ ਜਿੰਨੇ ਆਪਣੀ ਬਾਡੀ ਨੂੰ ਲੋਡ ਆ, ਉਹ ਲੋਡ ਤੋਂ ਵੱਧ ਜੋ ਖਾਣੇ ਆ ਉਹ ਸਹੀ ਨਹੀਂ ਹੈਗਾ ਆਪਣੇ ਲਈ। ਹੁਣ ਆ ਸਾਰਾ ਕੁਝ ਆਪਾਂ ਕਵਰ ਕਰਤਾ, ਹੁਣ ਆਪਾਂ ਚੱਲਦੇ ਆ ਆਪਣੇ ਫੂਡਸ ਤੇ। ਵੀ ਇਦਾਂ ਦੇ ਕਿਹੜੇ ਫੂਡਸ ਨੇ, ਕਿਹੜੀ ਡਾਈਟ ਤੁਹਾਨੂੰ ਲੈਣੀ ਚਾਹੀਦੀ ਆ ਜਿਹੜੀ ਕਿ ਤੁਹਾਡੇ ਲੀਵਰ ਨੂੰ ਪ੍ਰੋਪਰਲੀ ਹੈਲਥੀ ਰੱਖੂਗੀ, ਕਲੀਨਰ ਰੱਖੂਗੀ। ਤੇ ਜੇ ਤੁਹਾਡਾ ਲੀਵਰ ਹਜੇ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ ओके ਮੈਂ ਦੁਬਾਰਾ ਫੇਰ ਬੈਕ ਟੂ ਨੋਰਮਲ ਹੋ ਸਕੇ ਆਬਵੀਅਸਲੀ ਰਾਤੋਂ ਰਾਤ ਤਾਂ ਹੋ ਨਹੀਂ ਲੱਗਿਆ ਇਹ ਚੀਜ਼ ਨੂੰ ਟਾਈਮ ਚਾਹੀਦਾ ਸਭ ਤੋਂ ਪਹਿਲੇ ਨੰਬਰ ਤੇ گارਲਿਕ ਜਿਹਨੂੰ ਕਿ ਆਪਾਂ ਪੰਜਾਬੀ ਚ ਲਸਣ ਵੀ ਕਹਿ ਦਿੰਨੇ ਆ ਹੁਣ ਇਹ ਬਹੁਤ ਹੀ ਇਫੈਕਟਿਵ ਚੀਜ਼ ਆ ਜਦੋਂ ਗੱਲ ਆਉਂਦੀ ਆ ਲੀਵਰ ਨੂੰ ਡੀਟੌਕਸੀਫਾਈ ਕਰਨ ਦੀ ਇਹ ਬਹੁਤ ਹੈਲਪ ਕਰਦੀ ਆ ਲੀਵਰ ਨੂੰ ਡੀਟੌਕਸੀਫਾਈ ਕਰ ਦਿੰਦੀ ਆ ਪਲੱਸ ਲੀਵਰ ਦੇ ਆਲੇ-ਦਾਲ ਜਿਹੜੀ ਫੈਟ ਹੁੰਦੀ ਆ ਉਹ ਇਹ ਫੈਟ ਨੂੰ ਵੀ ਘਟਾਉਂਦੀ ਆ ਇੱਕ ਹੋਰ ਚੀਜ਼ garlic ਦੇ ਵਿੱਚ ਬਹੁਤ ਸਾਰੇ ਵਿਟਾਮਿਨ B ਵੀ ਹੁੰਦੀ ਆ ਵਿਟਾਮਿਨ B ਦਾ ਕੀ ਕੰਮ ਹੁੰਦਾ ਉਹ ਤੁਹਾਡੇ ਸਕਿਨ ਨੂੰ ਕਲੀਅਰ ਰੱਖਦੀ ਆ ਜੇ ਤੁਹਾਡੇ ਬਹੁਤ ਸਾਰਾ ਐਕਨੇ ਆ ਤਾਂ ਵਿਟਾਮਿਨ B ਤੁਹਾਡੀ ਹੈਲਪ ਕਰ ਸਕਦਾ ਜਿਹੜਾ ਸਕਿਨ ਦੇ ਪੁਰਾਣੇ ਸੈੱਲ ਡੈੱਡ ਹੋ ਜਾਂਦੇ ਨੇ ਵਿਟਾਮਿਨ B ਉਹ ਨਵੇਂ ਸੈੱਲ ਕ੍ਰੀਏਟ ਕਰਦੀ ਆ ਠੀਕ ਹੈ ਸਕਿਨ ਤੇ ਕੋਈ ਵੀ ਇੰਪਰਫੈਕਸ਼ਨ ਹੋਵੇ ਕੋਈ ਵੀ ਦਾਗ ਦੂਗਾ ਜੇ ਉਹ ਵਿਟਾਮਿਨ B ਦਾ ਕੰਮ ਹੁੰਦਾ ਸਕਿਨ ਨੂੰ ਕਲੀਅਰ ਰੱਖਣਾ ਤਾਂ ਕਰਕੇ garlic ਇੱਕ ਬਹੁਤ ਹੀ ਵਧੀਆ ਚੀਜ਼ ਆ ਇੱਕ ਤਰ੍ਹਾਂ ਦੀ ਇੱਕ ਐਂਟੀਬਾਇਓਟਿਕ ਹੀ ਆ ਐਂਟੀਬੈਕਟੀਰੀਅਲ ਆ ਤੇ ਐਂਟੀਫੰਗਲ ਵੀ ਆ ਸੋ گارਲਿਕ ਲਸਣ ਦੇ ਤਾਂ ਬਹੁਤ ਫਾਇਦੇ ਹੁੰਦੇ ਨੇ ਇਹ ਚੀਜ਼ ਬਿਲਕੁਲ ਤੁਹਾਨੂੰ ਐਡ ਕਰਨੀ ਚਾਹੀਦੀ ਆ ਆਪਦੀ ਡਾਈਟ ਵਿੱਚ ਦੂਸਰਾ ਨੰਬਰ ਤੇ ਚਿਕੰਦਰ ਆਪਣੇ ਲੀਵਰ ਦੇ ਜੋ ਸੈਲਸ ਹੁੰਦੇ ਨੇ ਇਹ ਉਹ ਸੈਲਸ ਨੂੰ ਪ੍ਰੋਟੈਕਟ ਕਰਕੇ ਰੱਖਦੀ ਆ ਤੇ ਓਵਰਆਲ ਲੀਵਰ ਵਿੱਚ ਇਨਫਲਮੇਸ਼ਨ ਘਟਾਉਂਦੀ ਆ ਹੁਣ ਜੇ ਇਨਫਲਮੇਸ਼ਨ ਬਾਲੀ ਹੋ ਜੇ ਤਾਂ ਅੱਗੇ ਜਾ ਕੇ ਇਹਦੇ ਸਾਈਡ ਇਫੈਕਟ ਹੋ ਸਕਦੇ ਨੇ ਇਵਨ ਤੋਂ ਡਾਇਬੀਟਿਸ ਤੇ ਕੈਂਸਰ ਵਾਲੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਨੇ ਸੋ ਚਿਕੰਦਰ ਇਨਫਰਮੇਸ਼ਨ ਘਟਾਉਂਦੀ ਆ ਤੁਹਾਡੇ ਲੀਵਰ ਦੇ ਸੈਲਸ ਨੂੰ ਪ੍ਰੋਟੈਕਟ ਕਰਦੀ ਆ ਇਹ ਬਹੁਤ ਹੈਲਥੀ ਚੀਜ਼ ਆ ਤੁਹਾਡੇ ਲੀਵਰ ਲਈ ਤੀਸਰੇ ਨੰਬਰ ਤੇ ਆਪਨੇ ਹੁੰਦੇ ਨੇ ਐਵੋਕਾਡੋਸ ਐਵੋਕਾਡੋ ਇੱਕ ਇੰਨੀ ਵਧੀਆ ਚੀਜ਼ ਆ ਇਹ ਆਪਣੇ ਲੀਵਰ ਨੂੰ ਪੂਰੇ ਸਟੇਬਲਾਈਜ਼ ਕਰਕੇ ਰੱਖਦੀ ਆ ਜੇ ਤੁਸੀਂ ਹਫਤੇ ਦਾ ਇੱਕ ਹੀ ਐਵੋਕਾਡੋ ਖਾਣ ਲੱਗੇ ਹਫਤੇ ਚ ਬਸ ਇੱਕ ਖਾਣਾ ਤਾਂ ਤੁਸੀਂ ਨੋਟਿਸ ਕਰਨ ਲੱਜਣਾ ਵੀ ਹਫਤੇ ਚ ਇੱਕ ਖਾਣ ਨਾਲ ਵੀ ਤੁਹਾਡੇ ਕਿੰਨੇ ਇੰਪਰੂਵਮੈਂਟਸ ਆ ਜਾਣੀਆਂ ਨੇ ਲੀਵਰ ਵਿੱਚ ਮਤਲਬ ਪੋਜ਼ਿਟਿਵ ਤਰੀਕੇ ਨਾਲ ਤੁਹਾਡੇ ਲੀਵਰ ਦੇ ਜੋ ਫੰਕਸ਼ਨਸ ਨੇ ਜੋ ਫੰਕਸ਼ਨੈਲਿਟੀ ਆ ਉਹ ਇੰਪਰੂਵ ਹੋਗੀ ਐਵੋਕਾਡੋ ਵੀ ਬਹੁਤ ਵਧੀਆ ਚੀਜ਼ ਆ ਇਕੱਲੇ ਲੀਵਰ ਲਈ ਨਹੀਂ ਓਵਰ ਆਲ ਹੋਰ ਵੀ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ 타입 ਆਪਣੀ ਬੋਡੀ ਲਈ ਬਹੁਤ ਹੀ ਜਿਆਦੇ ਹੈਲਥੀ ਆ ਚੌਥੇ ਨੰਬਰ ਤੇ ਆਪਣੇ ਹੁੰਦੇ ਨੇ ਮਸ਼ਰੂਮਸ ਹੁਣ ਤੂੰ ਸੋਚਦੇ ਹੋਵੋਗੇ ਵੀ ਯਾਰ ਮਸ਼ਰੂਮ ਇਹ ਚੀਜ਼ ਵੀ ਆਪਣੇ ਲੀਵਰ ਲਈ ਵਧੀਆ ਹੈ ਡੈਫੀਨਿਟਲੀ ਮਸ਼ਰੂਮ ਮੇ ਇੱਕ ਤਰ੍ਹਾਂ ਦੀ ਇੱਕ ਐਂਟੀਬਾਇਓਟਿਕ ਵਾਂਗੂ ਕੰਮ ਕਰਦੇ ਨੇ ਪਲੱਸ ਜਿਹੜੇ ਆਪਣੇ ਲੀਵਰ ਦੇ ਸੈਲਸ ਹੁੰਦੇ ਨੇ ਮਸ਼ਰੂਮ ਦਾ ਕੰਮ ਕੀ ਹੁੰਦਾ ਮਸ਼ਰੂਮ ਦਾ ਕੰਮ ਹੁੰਦਾ ਉਹ ਜਿਹੜੇ ਸੈਲਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਣਾ ਉਹਨਾਂ ਨੂੰ ਬਚਾ ਕੇ ਰੱਖਣਾ ਨੈਕਸਟ ਆਪਣਾ ਹੈਗਾ 슈ਗਰ ਕੈਨ ਜੂਸ ਮਤਲਬ ਕਿ ਗੰਨੇ ਦਾ ਜੂਸ ਇਹ ਇੰਨੀ ਵਧੀਆ ਚੀਜ਼ ਆ ਇਹਨੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਬਾਡੀ ਦਾ ਡੀਟੌਕਸੀਫਾਈ ਕਰਨ ਦਾ ਪ੍ਰੋਸੈਸ ਹੋਣਾ ਹੋਚੇ ਹੈਲਪ ਕਰਨੀ ਆ ਦੂਸਰੇ ਨੰਬਰ ਤੇ ਜੇ ਤੁਹਾਨੂੰ ਡਾਈਜੈਸਟਿਵ ਪ੍ਰੋਬਲਮਸ ਨੇ ਥੋੜੀ ਜਿਹੀ ਜਾਂ ਇੰਨੀ ਛੇਤੀ ਹਾਜਮ ਨਹੀਂ ਆਉਂਦੀ ਆ ਤਾਂ ਆਹ ਗੰਨੇ ਦਾ ਜੂਸ ਬਹੁਤ ਹੀ ਵਧੀਆ ਚੀਜ਼ ਆ ਤੁਹਾਡੇ ਲਈ ਤੁਹਾਨੂੰ ਡੈਫੀਨਟਲੀ ਇਹ ਟਰਾਈ ਕਰਕੇ ਦੇਖਣਾ ਚਾਹੀਦਾ ਪਲੱਸ ਆਪਣੇ ਲੀਵਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਕੋਈ ਵੀ ਇਨਫੈਕਸ਼ਨ ਤੋਂ ਇਹ ਤੋਂ ਬਾਅਦ ਆਉਂਦਾ ਆਪਣਾ ਐਕਸਟਰਾ ਵਰਜਨ 올ੀਵਿਆ ਦਾ ਆਇਲ ਤੁਸੀਂ ਇਹ ਚਾਹੇ ਬਹੁਤ ਸਮਾਲ ਅਮਾਉਂਟ ਚ ਲਓ ਮਤਲਬ ਤੁਸੀਂ ਨੋਟਿਸ ਕਰਨਾ ਚਾਹੇ ਇੱਕ ਚਮਚਾ ਕੰਜ਼ਿਊਮ ਕਰੋ ਇੱਕ ਚਮਚੇ ਨਾਲ ਤੁਸੀਂ ਨੋਟਿਸ ਕਰਨਾ ਹੈ ਕਿੰਨੀ ਜ਼ਿਆਦਾ ਇੰਪਰੂਵਮੈਂਟ ਲਿਆ ਦੇਣੀ ਆ ਤੁਹਾਡੇ ਲੀਵਰ ਵਿੱਚ ਪਲੱਸ ਇਹ ਤੋਂ ਇਲਾਵਾ ਇਹ ਲੀਵਰ ਦੀ ਫੈਟ ਵੀ ਘਟਾਉਂਦੀ ਆ ਜਿਹੜੇ ਆਪਣੇ ਇਨਸੁਲਿਨ ਦੀ ਸੈਂਸਿਟੀਵਿਟੀ ਹੁੰਦੀ ਆ ਉਹ ਵੀ ਇੰਪਰੂਵ ਕਰਦੀ ਆ ਤੇ ਆਪਣੇ ਬਾਡੀ ਨੂੰ ਇਨਸੁਲਿਨ ਰੈਜ਼ਿਸਟੈਂਸ ਹੋਣ ਤੋਂ ਰੋਕਦੀ ਆ ਐਂਡ ਵਿੱਚ ਆਉਂਦੇ ਨੇ ਗ੍ਰੀਨ ਵੈਜੀਟਬਲਸ ਲੀਫੀ ਗ੍ਰੀਨ ਵੈਜੀਟਬਲਸ ਇਹ ਆਪਣੇ ਸਰੀਰ ਵਿੱਚ ਇਨਫਲਮੇਸ਼ਨ ਘਟਾਉਂਦੀ ਆ ਜਿਵੇਂ ਕਿ ਸਪਿਨਚ ਹੋ ਗਿਆ ਜਾਂ ਬਰੋਕਲੀ ਹੋ ਗਿਆ ਜਿਵੇਂ ਕਿ ਮੈਂ ਕਿਹਾ ਬੜੀ ਜ਼ਿਆਦਾ ਇਨਫਲਮੇਸ਼ਨ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ ਨੇ ਕੋਈ ਬਿਮਾਰੀ ਵੀ ਲੱਗ ਸਕਦੀ ਆ ਸੋ ਇਹ ਚੀਜ਼ ਉਹ ਪ੍ਰिवेंट ਕਰਦੀ ਆ ਇਹ ਤੋਂ ਇਲਾਵਾ ਵੈਸਟਬਲਸ ਤੋਂ ਇਲਾਵਾ ਤੁਸੀਂ ਗ੍ਰੇਪਸ ਵੀ ਖਾ ਸਕਦੇ ਹੋ ਇਹ ਵੀ ਚੀਜ਼ ਲੀਵਰ ਲਈ ਵਧੀਆ ਹੁੰਦੀ ਆ ਐਪਲਸ ਇਹ ਵੀ ਬਹੁਤ ਵਧੀਆ ਹੁੰਦਾ ਤੇ ਐਵੋਕਾਡੋ ਤਾਂ ਆਪਾਂ ਪਹਿਲਾਂ ਕਹਿ ਹੀ ਦਿੱਤਾ ਸੀਗਾ ਤੇ ਐਂਡ ਵਿੱਚ ਗ੍ਰੀਨ ਟੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਲੀਵਰ ਲਈ ਵਧੀਆ ਨੇ ਤੁਹਾਡੇ ਲੀਵਰ ਨੂੰ ਹੈਲਥੀ ਰੱਖਣ ਗਿਆ ਸੋ ਆ ਸੀ ਗਿਆ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਮਿਲਦੇ ਆ ਨੈਕਸਟ ਟਾਈਮ ਓਕੇ